live singing in with them. Shabash and Mele Sahab. Us time, Sadi Jari, 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 Go! Go and enter the guy, Mele. India and the Deputy Speaker at all. Pure desh par. Guljar Singh Rani ke aap hata to Guljar Singh Badal ji oh bhi sikha meri kaun friend Guljar Singh hor bhi hon ge ek gunge bhare ek vi shabad parliament de andar jab pradhan sabha de andar gunge bhare MLA ਸਾਡੀ ਗੱਲ ਨਹੀਂ ਕਰਕੇ ਇਹ ਸਾਡੀ ਗੱਲ ਸਾਰੇ ਬੋਲਣ ਨੂੰ ਕਰੇਗਾ ਤਾਂ ਮਾਸਟਰ ਬਲਦੇਵ ਸਿੰਘ ਜੀ ਕਰੇਗਾ ਤਾਂ ਪੂਰਾ ਸਮਾਜ ਚੱਕੇ ਰਵਾ ਉਹ ਭਾਈ ਸਾਹਿਬ ਐਮਐਲਏ ਸਾਹਿਬ ਪਟਨਾ ਖੜਾ ਹੋ ਮੈਂ ਅੱਜ ਵਾਲਮੀਕਿ ਮਜਲਿਸ ਇੱਕ ਭਾਈਚਾਰੇ ਦੇ ਸਾਰੀਆਂ ਪਾਰਟੀਆਂ ਦੇ ਐਮਐਲਏ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਵੱਖ ਵੱਖ ਫਰੰਟਾਂ 'ਤੇ ਕੰਮ ਕਰਨ ਵਾਲੇ ਸਾਰੇ ਹੀ ਸਮਾਜ ਨਾਲ ਸੰਬੰਧਿਤ ਨੇਤਾਵਾਂ ਦੀ ਇੱਕ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਬੜੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ 12.5% ਰਾਖਵਾਂਕਰਨ ਜਿਹੜਾ ਮਜ਼ਹਬੀ ਸਿੱਖ ਵਾਲਮੀਕਿ ਭਾਈਚਾਰੇ ਨੂੰ ਮਿਲਦਾ ਸੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਨਾਮ ਨੂੰ ਲੈ ਕੇ ਉਹਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ। ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਸਾਰੀਆਂ ਹੀ ਜਥੇਬੰਦੀਆਂ ਨੇ ਆਪਣੀਆਂ ਜਥੇਬੰਦੀਆਂ ਦੇ ਨਾਮ ਛੱਡ ਕੇ ਪਾਰਟੀਆਂ ਦੇ ਨਾਮ ਛੱਡ ਕੇ ਆਪਣੇ ਆਪਣੇ ਫਰੰਟ 'ਤੇ ਕੰਮ ਕਰਨ ਦਾ ਫੈਸਲਾ ਲੈਂਦੇ ਹੋਏ 3 ਤਰੀਕ ਨੂੰ ਵਾਲਮੀਕਿ ਮਜ਼ਹਬੀ ਸਿੱਖ ਭਾਈਚਾਰੇ ਦੀ ਰਾਖਵਾਂਕਰਨ 12.5% ਨੂੰ ਬਚਾਉਣ ਲਈ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਦੇ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਔਰ 4 ਤਰੀਕ ਨੂੰ MLA ਸਭਾਰਾਂ ਨੂੰ ਬੇਨਤੀ ਕੀਤੀ ਹੈ ਕਿ ਵਿਧਾਨ ਸਭਾ ਦੇ ਵਿੱਚ 22% ਮਜ਼ਹਬੀ ਸਿੱਖ ਵਾਲਮੀਕਿ ਭਾਈਚਾਰੇ ਦੀ ਇਸ ਆਬਾਦੀ ਦੀ ਮੰਗ ਨੂੰ ਉਠਾਇਆ ਜਾਵੇ ਔਰ 14 ਤਰੀਕ ਨੂੰ ਬਠਿੰਡੇ ਇੱਕ ਕਾਨਫਰੰਸ ਕਰਨ ਜਾ ਰਹੇ ਹਾਂ ਜਿਹਦੇ ਲਈ ਕੋਰ ਕਮੇਟੀ ਬਣ ਗਈ ਹੈ। ਜਿਸ ਕੋਰ ਕਮੇਟੀ ਦੇ ਵਿੱਚ ਮੈਡਮ ਹਰਪਾਲ ਕੌਰ ਮਾਨਸਾ, MLA ਬਲਦੇਵ ਸਿੰਘ, ਪੁਰਸ਼ੋਤਮ ਚੱਡਾ ਜੀ, ਮੈਂ ਕਿਰਨਜੀਤ ਗਹਿਰੀ, ਜਸਕਰਨ ਸੰਧੂ ਜੀ, ਮਤਲਬ ਬਹੁਤ ਸਾਰੇ ਸਾਥੀ, 35 ਮੈਂਬਰੀ ਕੋਰ ਕਮੇਟੀ ਬਣੀ ਹੈ ਜਿਹੜੀ ਹਰ ਐਕਸ਼ਨ ਜਿਹੜੀ ਹੈ। ਸਤਿਕਾਰਯੋਗ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੋਗਾ ਦੇ ਵਿੱਚ 12.5% ਦੇ ਸੰਬੰਧ ਦੇ ਵਿੱਚ ਮੀਟਿੰਗ ਹੋਈ। ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਆਗੂ ਸਾਹਿਬਾਨ ਇੱਥੇ ਪਹੁੰਚੇ ਸੀਗੇ। ਸੋ ਅੱਜ ਦਾ ਜਿਹੜਾ ਏਜੰਡਾ ਸੀ ਉਹ 12.5% ਨੂੰ ਬਚਾਉਣ ਦੇ ਵਿੱਚ ਸੀ। ਇੱਥੇ ਦੀ ਜਿਹੜੀ ਆ ਸਾਰੀਆਂ ਪਾਰਟੀਆਂ ਵੱਲੋਂ, ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜੇ ਪਹੁੰਚੇ ਸੀ, ਸਾਂਝੇ ਰੂਪ ਦੇ ਵਿੱਚ ਇੱਕ ਐਕਸ਼ਨ ਕਮੇਟੀ ਬਣਾ ਲਿੱਤੀ ਗਈ ਹੈ। ਕੋਈ ਕਿਸੇ ਦੀ ਜਥੇਬੰਦੀ ਨਹੀਂ ਆ, ਤਾਂ ਸਾਂਝੇ ਰੂਪ ਦੇ ਵਿੱਚ ਇੱਕ ਐਕਸ਼ਨ ਕਮੇਟੀ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਆ ਜਿਹੜਾ 3 ਤਰੀਕ ਨੂੰ ਮੰਗ ਪੱਤਰ ਦਿੱਤੇ ਜਾਣਗੇ ਔਰ 14 ਜਿਹੜਾ ਮਾਰਚ ਨੂੰ ਆ ਬਠਿੰਡਾ ਦੇ ਵਿੱਚ ਅਸੀਂ ਬਹੁਤ ਵੱਡੀ ਮਜ਼ਹਬੀ ਸਿੱਖ ਅਤੇ ਵਾਲਮੀਕ ਸਮਾਜ ਵੱਲੋਂ ਕਾਨਫਰੰਸ ਕਰਾਂਗੇ। ਸੋ ਸਾਰੇ ਜਥੇਬੰਦੀਆਂ ਨੂੰ, ਆਗੂ ਸਾਹਿਬਾਨ ਨੂੰ, MLA ਸਾਹਿਬਾਨ ਨੂੰ, ਜਿੰਨੀਆਂ ਵੀ ਸਾਡੀਆਂ ਜਥੇਬੰਦੀ, ਜਿੰਨੇ ਵੀ ਸਾਡੇ ਮੁਲਾਜ਼ਮ ਮਜ਼ਦੂਰ ਕਿਸਾਨ ਆ ਸਾਡੇ ਨਾਲ ਸੰਬੰਧਿਤ ਮਜ਼ਹਬੀ ਸਿੱਖ ਵਾਲਮੀਕ ਨਾਲ, ਉਹ ਕਿਰਪਾ ਕਰਕੇ ਜਿਹੜਾ ਆ 14 ਮਾਰਚ ਨੂੰ ਬਠਿੰਡਾ ਦੇ ਵਿੱਚ ਪਹੁੰਚੀਏ ਤਾਂ ਕਿ ਜਿਹੜੀ ਸਾਡੀ ਕਾਨਫਰੰਸ ਆ, ਜਿਹੜੀ ਸੁੱਤੀ ਹੋਈ ਸਰਕਾਰ ਆ, ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚੇ ਤਾਂ ਕਿ ਸਾਡਾ 12.5% ਆ ਜਿਹੜਾ ਕੈਮਰਾ।